ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਨਸਰ ਢਿੱਲੋਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਪੰਜਾਬੀ ਲਹਿਰ ਦੀ ਟੀਮ 1947 ਦੀ ਵੰਡ ਦੇ ਹਵਾਲੇ ਦੇ ਨਾਲ ਜਿਹੜੇ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਈ ਦੀ ਹੈ, ਉਹ ਉਜਾੜਿਆਂ ਦੀਆਂ ਦਾਸਤਾਨਾਂ, ਉਹ ਖੁਸ਼ੀਆਂ ਦੀਆਂ ਉਹ ਸਾਂਝ ਦੀਆਂ ਗੱਲਾਂ, ਉਸ ਤੋਂ ਬਾਅਦ ਨਫ਼ਰਤ ਅਤੇ ਕਤਲੋ ਗਾਰਤ ਦੀਆਂ ਗੱਲਾਂ, ਅਤੇ ਪੰਜਾਬੀ ਅਤੇ ਪੰਜਾਬ ਟੀਵੀ ਦਾ ਪ੍ਰੋਗਰਾਮ ਲਕੀਰਾਂ ਜਿਹੜਾ ਤੁਹਾਡੇ ਤੱਕ ਰੱਖੀਦਾ ਵਾ, ਤੁਹਾਡੇ ਤੱਕ ਲੈ ਕੇ ਆਈਦਾ ਵਾ। ਪੰਜਾਬੀ ਲਹਿਰ ਦੀ ਟੀਮ ਅਤੇ ਪੰਜਾਬ ਟੀਵੀ ਦੀ ਟੀਮ ਕੋਸ਼ਿਸ਼ਾਂ ਕਰਦੀ ਰਹਿੰਦੀ ਕਿ ਇਸ ਤਰ੍ਹਾਂ 1947 ਦੇ ਵੰਡ ਦੇ ਹਵਾਲੇ ਦੇ ਨਾਲ ਜਿਹੜੇ ਉਹਨਾਂ ਲੋਕਾਂ ਨੇ ਉਹ ਟਾਈਮ ਵੇਖਿਆ, ਉਹ ਵਕਤ ਵੇਖਿਆ, ਉਹ ਉਜਾੜੇ ਵੇਖੇ, ਉਹ ਗੱਲਾਂ ਬਾਤਾਂ, ਉਹ ਹਕੀਕੀ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੇ ਆਪਣੇ ਪਿੰਡਿਆਂ 'ਤੇ ਹੰਡਾਈਆਂ, ਜਿਹੜਾ ਉਹਨਾਂ ਨੇ ਆਪਣਾ ਵੇਖਿਆ ਸਾਰੇ ਕੁਛ ਹਾਲਾਤ, 1947 ਦੀ ਵੰਡ ਤੋਂ ਪਹਿਲਾਂ ਦੇ ਹਾਲਾਤ, ਉਸ ਤੋਂ ਬਾਅਦ ਕਿਵੇਂ ਉਹਨਾਂ ਇੱਥੋਂ ਤੱਕ ਆਏ, ਪਾਕਿਸਤਾਨੀਆਂ ਪਾਕਿਸਤਾਨ ਨੂੰ ਉੱਠ ਕੇ ਇੰਡੀਆ ਗਏ ਅਤੇ ਕਿਵੇਂ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕੀਤੀ, ਉਹ ਦਿਲਾਂ ਦੇ ਵਿੱਚ, ਉਹ ਗੁਮਾਨ ਦੇ ਵਿੱਚ ਇੱਕ ਜਿਹੜਾ ਗੁੱਸਾ ਭਰਿਆ ਵਾ, ਉਹਨੂੰ ਵੀ ਕੱਟ ਕਰਨ ਦੀ ਸਾਡੀ ਇਹ ਕੋਸ਼ਿਸ਼ ਆ ਕਿ ਦੋਵਾਂ ਪਾਸੇ ਪਹਿਲਾਂ ਸਮਝਿਆ ਜਾਂਦਾ ਸੀ ਉਹਨਾਂ ਨੇ ਮਾਰਿਆ, ਇੱਧਰ ਵਾਲੇ ਆਉਂਦੇ ਸੀ ਉਹਨਾਂ ਨੇ ਮਾਰਿਆ, ਅਤੇ ਉਹਦੇ ਵਿੱਚ ਹਕੀਕਤ ਕੀ ਸੀ, ਇਹ ਕਿਉਂ ਇਸ ਤਰ੍ਹਾਂ ਦੇ ਮਿਸਾਇਲ ਹੋਏ, ਉਹ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਉਹ ਹਾਲਾਤ ਵੇਖੇ, ਉਹਨਾਂ ਕੋਲ ਬੈਠੇ ਹਾਂ ਅਤੇ ਪੁੱਛਦੇ ਉਹਨਾਂ ਇਹਨਾਂ ਬਜ਼ੁਰਗਾਂ ਦੇ ਕੋਲੋਂ 1947 ਵੰਡ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਕੀ ਨਾਂ ਤੁਹਾਡਾ? ਨਵਾਬਦੀਨ। ਨਵਾਬਦੀਨ ਨਾਂ ਤੁਹਾਡਾ? ਨਵਾਬਦੀਨ ਵਾਲ ਫਕੀਰ ਮੁਹੰਮਦ। ਕਿਹੜੀ ਬਰਾਦਰੀ? ਮਲਕ ਬਰਾਦਰੀ। ਮਲਕ? ਹਾਂ। ਦੇਸੀ ਬੋਲੀ ਦੇ ਤੇਲੀ ਕਹਿੰਦੇ ਸੀ। ਹਾਂਜੀ, ਹੁਣ ਵੈਸੇ ਮੁੰਡੇ ਨਿਗਾਹ ਦੇ ਗੁੱਸਾ ਕਰਦੇ ਜੀ ਕਹਿਣ ਦੇ। ਹੁਣ ਜੀ ਗੱਲ ਇਹ, ਉਦੋਂ ਪਿੰਡਾਂ ਦੇ ਵਿੱਚ ਗੱਲ ਇਹ ਸੀਗੀ ਵੀ ਆਮ ਲੋਕ ਕਿਸਮ ਦੇ ਹਿਸਾਬ ਨਾਲ ਨਾਂ ਰੱਖਦੇ ਸੀ। ਹੁਣ ਵੀ ਇਹ ਕਿਸਮ ਦੇ ਹਿਸਾਬ ਨਾਲ, ਹੁਣ ਮੁੰਡੇ ਐਸੇ ਆ, ਬੱਚੇ ਰਾਜਪੂਤਾਂ ਦੇ ਬੱਚੇ ਆ, ਉਹ ਹਮਾਮ ਬਣਿਆ ਬੈਠੇ, ਜਾਮਦਾ ਬਣਾਈ ਬੈਠੇ, ਉਹਨੂੰ ਨਾਈ ਕਹਿ ਦਿੰਦੇ, ਉਹ ਏਜੰਟ ਦੀ ਵਜ੍ਹਾ ਦੀ ਇਸ ਤਰੀਕੇ ਗੱਲਾਂ ਹੈ। ਅੱਛਾ, ਉਮਰ ਕਿੰਨੀ ਕੁ ਹੋ ਗਈ ਹੈ? ਉਮਰ ਹੋ ਗਈ ਜੀ ਇਸ ਮੌਕੇ 90 ਸਾਲ ਦੀ। 90 ਸਾਲ ਲੱਗਦੀ ਨਹੀਂ, ਸਿਹਤਮੰਦ ਮਲਕ ਸਾਹਿਬ। ਹਾਂਜੀ, 90 ਸਾਲ ਦੀ ਉਮਰ ਹੈ। ਕਿਦੋਂ ਪਤਾ? 1928 'ਚ ਹੋਈ ਪੈਦਾਇਸ਼? ਹਾਂ, 1928 ਦੀ, 1928 ਦੀ ਪੈਦਾਇਸ਼ ਆ। ਇਹਦੇ ਵਿੱਚ ਹਾਲਾਤ ਹਵਾਲੇ ਜਾਣਦੇ, ਉਸ ਮੌਕੇ ਆ ਸਾਡੇ ਪਿੰਡ ਦੇ ਵਿੱਚ। ਕਿਹੜਾ ਪਿੰਡ ਸੀ? ਬੁਰਜ ਹਰੀਕਾ। ਬੁਰਜ ਹਰੀਕਾ, ਰਿਆਸਤ ਫਰੀਦਕੋਟ। ਰਿਆਸਤ ਫਰੀਦਕੋਟ, ਹਾਂ, ਰਿਆਸਤ ਫਰੀਦਕੋਟ ਸੀਗੀ ਅਤੇ ਬੁਰਜ ਹਰੀਕਾ ਬਗਰਾੜੀ ਦੇ ਕੋਲ, ਮਲਕਿਆਂ ਦੇ ਕੋਲ, ਮਲਕਾਂ ਦੇ ਕੋਲ, ਸਾਹੋ ਦੇ ਕੋਲ ਅਤੇ ਸਿਮੀਆਂ ਦੇ ਕੋਲ ਵਿਚਾਲੇ ਸੀ ਪਿੰਡ ਉਹ। ਬੁਰਜ ਹਰੀਕਾ, ਬੁਰਜ ਹਰੀਕਾ, ਹਰੀਕਾ ਲਾਗੇ ਲਾਗੇ ਪਿੰਡ ਸੀ। ਕਿਹੜੇ ਕਿਹੜੇ ਪਿੰਡ ਸੀ? ਉਹ ਬਗਰਾੜੀ, ਸਾਹੋ, ਮਲਕੇ, ਸਾਹੋ, ਬਗਰਾੜੀ, ਮਲਕੇ, ਅੱਗੇ ਸਿਮੀਆਂ, ਗੁਰੂ ਸਰ, ਬਹਿਵਲ, ਇਹ ਪਿੰਡ ਸੀ ਆਲੇ ਦੁਆਲੇ, ਸਰ ਆਲੇ ਦੁਆਲੇ ਸੀਗੇ। ਅੱਛਾ, ਉਮਰ ਤਾਂ ਉਦੋਂ ਤੁਹਾਡੀ ਸੀ 20 ਸਾਲ? ਨਹੀਂ, ਉਦੋਂ ਘੱਟ ਸੀਗੀ ਉਮਰ ਤਾਂ। ਹੁਣ ਜੇ 91 ਹੋ ਗਈ ਤਾਂ ਫਿਰ 20 ਸਾਲ ਤਾਂ ਹੈਗੀ ਸੀ? ਨਹੀਂ, 18-19 ਹੋਣੀ। ਨਹੀਂ, ਇੱਥੇ ਕਿ ਸੀ? ਹਾਂ, ਕਰਦੇ ਕੀ ਸੀ? ਉਦੋਂ ਕਰਨਾ ਕੀ ਹੈ ਜੀ, ਪਹਿਲਾਂ ਤਾਂ ਛੋਟਾ ਰੱਖਿਆ ਹੁੰਦਾ ਮੋਢਿਆਂ ਦੇ ਉੱਤੇ ਅਤੇ ਡੰਗਰ ਪਸ਼ੂ ਚਾਰਦੇ ਫਿਰਦੇ ਹੁੰਦੇ ਸੀ। ਕਿ ਸਕੂਲ ਹਲੇ ਨਹੀਂ ਸੀ ਪਿੰਡਾਂ ਦੇ ਵਿੱਚ, ਮਿਲਦੇ ਨਹੀਂ ਸੀ ਉਦੋਂ। ਜਦੋਂ ਜਵਾਨ ਹੋਏ ਜਰਾ ਕੁ ਤਕੜੇ ਹੋਏ, 12-13 ਸਾਲ ਦੇ, ਉਦੋਂ ਸਕੂਲ ਖੁੱਲ੍ਹ ਗਿਆ। ਮਹਾਰਾਜਾ ਫਰੀਦਕੋਟ ਵਾਲਿਆਂ ਨੇ ਸਕੂਲ ਖੋਲ੍ਹਤੇ ਪ੍ਰਾਇਮਰੀ, ਉਹ ਸਕੂਲਾਂ ਦੇ ਵਿੱਚ ਫਿਰ ਪੜ੍ਹਦੇ ਰਹੇ ਅਸੀਂ। ਗਏ ਸਕੂਲੇ? ਹਾਂਜੀ, ਗਿਆ। ਕਿੰਨਾ ਪੜ੍ਹੇ ਜੇ? 2 ਜਮਾਤਾਂ ਪੜ੍ਹੇ, 3 ਜੀ ਦੀਆਂ ਕਿਤਾਬਾਂ ਲਈਆਂ ਜਦੋਂ ਬਾਹਰ ਤੋਰ ਦਿੱਤਾ ਮੁਲਾਜ਼ਮਤ 'ਤੇ। ਅੱਛਾ, ਮੁਲਾਜ਼ਮਤ 'ਤੇ ਤੋਰਤਾ। ਹਾਂ, ਅਤੇ ਕਿਹੜਾ ਸੀ ਤੁਹਾਡੇ ਪਿੰਡ ਦਾ ਮਾਸਟਰ? ਉੱਥੇ ਸਕੂਲ ਕੌਣ ਪੜ੍ਹਾਉਂਦਾ ਸੀ? ਜਸਵੰਤ ਸਿੰਘ। ਕਿੱਥੋਂ ਦਾ ਸੀ? ਉੱਥੋਂ ਦਾ ਹੀ ਸੀ, ਆਪਣੇ ਬੁਰਜ ਹਰੀਕਾ। ਬੁਰਜ ਹਰੀਕਾ ਦਾ ਜਸਵੰਤ। ਹਾਂ, ਜਸਵੰਤ ਸਿੰਘ। ਹਾਂਜੀ, ਜਸਵੰਤ ਸਿੰਘ, ਠੀਕ ਹੈ। ਅਤੇ ਕਿੰਨੇ ਸੀ ਤੁਹਾਡੇ ਮੁਸਲਮਾਨਾਂ ਦੇ ਘਰ? ਕਿੰਨੇ ਸੀ ਪਿੰਡ 'ਚ ਘਰ? ਸੀਗੇ 22-24 ਕੁ ਘਰ ਸੀਗੇ। ਕਿਹੜੀ ਕਿਹੜੀ ਬਰਾਦਰੀ? ਇਹ ਬਰਾਦਰੀ ਸੀ ਕਾਰੋਬਾਰ ਕਰਨ ਵਾਲੇ, ਚੇਰ, ਮਰਾਸੀ, ਤੇਲੀ, ਜਲਾਹੇ,
ਤੇ ਹੋਰ ਜਾਣੀ ਇਹੋ ਜਿਹੀਆਂ ਕੌਮਾਂ ਨਿੱਕੀਆਂ ਨੇ, ਲੁਹਾਰ ਤਰਖਾਣ ਇਹੋ ਜਿਹੇ ਕੌਮ ਸੀ, ਬਾਕੀ ਸਾਰੇ ਸਰਦਾਰਾਂ ਦੇ ਘਰ। ਹਾਂਜੀ ਸਾਰੇ। ਕੌਣ ਸੀ ਪਿੰਡ ਦਾ ਨੰਬਰਦਾਰ? ਨੰਬਰਦਾਰ ਸੀ ਪਹਿਲਾ ਨੰਬਰ 'ਤੇ ਤਾਂ ਤਲੋਕ ਸਿੰਘ ਨੰਬਰਦਾਰ ਸੀ, ਹੈਂ, ਦੂਸਰੇ ਨੰਬਰ 'ਤੇ ਸਰਪਣ ਸਿੰਘ ਨੰਬਰਦਾਰ ਸੀ, ਤੀਸਰੇ ਨੰਬਰ 'ਤੇ ਬਿਸ਼ਨ ਸਿੰਘ ਨੰਬਰਦਾਰ ਸੀਗਾ, ਅੱਗ ਚੌਥੇ ਨੰਬਰ ਦੇ ਉੱਤੇ ਉਦੋਂ ਪਾਲਾ ਸਿੰਘ ਸੀਗਾ, ਪਾਲਾ ਸਿੰਘ ਤੋਂ ਇਲਾਵਾ ਹੋ ਗਿਆ ਹਰੀ ਸਿੰਘ ਨੰਬਰਦਾਰ। ਚਾਰ ਪੱਤੀਆਂ ਸੀ? ਹਾਂ ਚਾਰ ਪੱਤੀਆਂ। ਚਾਰ ਨੰਬਰਦਾਰ? ਚਾਰ ਨੰਬਰਦਾਰ। ਠੀਕ ਹੈ। ਹਾਂਜੀ। ਅਤੇ ਆਪਣੇ ਪਿੰਡ ਦੇ ਜਿਹੜੇ ਤੁਸੀਂ 20-24 ਘਰ ਦੱਸੇ ਆ, ਮਲਕਾਂ ਦੇ, ਅਨਸਾਰੀਆਂ ਦੇ ਜਾਂ ਦੂਜੇ, ਇਹ ਇੱਧਰ ਕਿੱਥੇ ਕਿੱਥੇ ਆ ਕੇ ਬੈਠੇ, ਕੋਈ ਹੈ ਪਤਾ? ਇੱਧਰ ਜੇ ਕੁਛ ਕੁਛ ਪਤਾ, ਕੁਛ ਨਹੀਂ ਵੀ ਪਤਾ। ਕਿਹਦਾ ਪਤਾ? ਇੱਥੇ ਜੇ ਜਿਹੜੇ ਚੀਰਾਂ ਦੇ ਘਰ ਸੀ ਉਹ ਕੁਛ ਤਾਂ 68 ਚੱਕ ਨੋਵਲ 'ਚ ਆ ਕੇ ਬਹਿ ਗਏ, ਹੈਂ, ਕੁਛ 69 ਚੱਕ 'ਚ ਬਹਿ ਗਏ, ਕੁਛ ਅਤੇ ਜਿਹੜੇ ਮਰਾਸੀਆਂ ਦੇ ਘਰ ਸੀਗੇ ਮੀਰਜ਼ਾਦਿਆਂ ਦੇ, ਉਹ ਘਰ ਪਾਕ ਪਤਨ ਪੁਲ ਦੇ ਉੱਤੇ, ਪਾਕ ਪਤਨ ਵਾਲੇ ਪੁਲ ਦੇ ਉੱਤੇ ਸਾਹੀਵਾਲ ਬੈਠੇ ਆ। ਹਾਂ ਬਸ ਇਸੇ ਤਾਂ ਕਹਿਣਾ, ਜਿਹੜੇ ਅਸੀਂ ਸੀਗੇ ਮਲਕ ਸਾਹਿਬ ਜਿਹੜੇ, ਅਸੀਂ ਆਣ ਕੇ ਚੱਕ ਨੰਬਰ 118 EB ਜ਼ਿਲ੍ਹਾ ਸਾਹੀਵਾਲ ਦੇ ਵਿੱਚ ਬੈਠੇ ਸੀ, ਆਪਾਂ ਇਸੇ ਤਰ੍ਹਾਂ ਤੁਰੇ ਫਿਰਦੇ ਰਹੇ ਹਾਂ। ਇੱਥੇ ਕਿਵੇਂ ਆ ਗਏ? ਇੱਥੇ ਫਿਰ ਕਾਰੋਬਾਰ ਦੇ ਹਿਸਾਬ ਨਾਲ, ਕਾਰੋਬਾਰ ਕਰਦੇ ਫੈਸਲਾਬਾਦ 'ਚ ਆ ਗਏ, ਕਾਰੋਬਾਰ ਕਰਦੇ ਕਰਦੇ ਇਸੇ ਤਰ੍ਹਾਂ ਗਾ, ਇੱਥੇ ਪ੍ਰਦੇਸ਼ਾਂ, ਇੱਥੇ ਬੱਚਿਆਂ ਦੀਆਂ ਗਾ, ਇੱਥੇ ਸ਼ਾਦੀਆਂ, ਇੱਥੇ ਸਾਰੇ ਕੰਮ ਇੱਥੇ ਹੀ ਹੋਏ, ਫਿਰ ਇੱਥੇ ਹੁਣ ਰਹਿੰਦੇ ਹਾਂ। ਹੁਣ ਬੱਚੇ ਆ ਜਿਹੜੇ ਅੱਡੋ ਅੱਡੇ ਖਿਣ ਗਏ, ਕੋਈ ਕਿਤੇ ਕੋਈ ਕਿਤੇ ਕਿਤੇ, ਹੁਣ ਤੁਰੇ ਫਿਰਦੇ। 2 ਨੰਬਰ ਗੁਲਾਮਾਬਾਦ ਦੇ ਵਿੱਚ ਮੇਰੀ ਰਹਿਸ਼ ਸੀਗੀ। ਹਾਂਜੀ। ਅੱਛਾ, ਅਤੇ ਆਪਣਾ ਜਿਵੇਂ ਤੁਸੀਂ ਦੱਸਿਆ ਮਲਕ ਬਰਾਦਰੀ ਸੀ, ਕੰਮ ਕੁੰਮ ਕਿਹੜੇ ਘਰ ਦੇ ਨਾਲ ਸੀ ਉੱਥੇ ਸਰਦਾਰਾਂ ਦੇ? ਕਿਹਨਾਂ ਦਾ ਕਰਦੇ ਸੀ ਬਹੁਤਾ? ਉਦੋਂ ਤਾਂ ਚੱਲਦਾ ਸੀ ਨਾ, ਕੀ ਕਹਿੰਦੇ ਹੁੰਦੇ ਆ, ਕੰਮ ਉੱਥੇ ਕੀ ਕਰਨਾ, ਕੰਮ ਉੱਥੇ ਇਹ ਜ਼ਿਮੀਂਦਾਰ ਨੇ ਕਿਹਾ ਗੋਡੀ ਕਰਨ ਜਾਣੀ, ਵਿਹਲਾ ਤਾਂ ਗੋਡੀ ਕਰਿਆ ਹੈ, ਤਾਂ ਨਹੀਂ ਤਾਂ ਆਪਦੇ ਕਾਰੋਬਾਰ ਸੀ ਕਰਦੇ। ਕਿਹਦੇ ਨਾਲ ਜ਼ਿਆਦਾ ਜਾਂਦੇ ਹੁੰਦੇ ਸੋ? ਹਾਂਜੀ। ਕਿਹਦਾ ਕੰਮ ਕੁੰਮ ਕਰਨ ਜਾਈਦਾ ਸੀ? ਗੋਡੀ ਗੁੱਡੀ ਵਾਲਾ? ਗੋਡੀ ਗੋਡੀ ਵਾਲੇ ਬਥੇਰੇ ਵਾਢੀਆਂ ਕਰਨੀਆਂ, ਸਾਰੇ ਕੋਲ ਕਰਦੇ ਰਹੇ, ਹਰ ਜਗ੍ਹਾ 'ਤੇ ਕਰਦੇ ਰਹੇ ਆ, ਹੁਣ ਬਾਹਲੇ ਤਾਂ ਮੈਂ ਨਾਂ ਹੀ ਭੁੱਲ ਗਿਆ। ਅੱਛਾ। ਅਤੇ ਆਪਣੇ ਤੁਹਾਡੇ ਹਾਣ ਦੀ ਉਮਰ ਦੇ ਵੀ ਕੋਈ ਮੁੰਡੇ ਹੈਗੇ ਸੀ ਉਹਨਾਂ ਦੇ, ਸਰਦਾਰਾਂ ਦੇ? ਸੀਗੇ, ਮੇਰੇ ਨਾਲ ਪੜ੍ਹਦੇ ਰਹਿੰਦੇ ਸੀ, ਪੜ੍ਹਦੇ ਹੁੰਦੇ, ਉਹ ਰਣਜੀਤ ਸਿੰਘ, ਬਲਵੀਰ ਸਿੰਘ, ਅਤੇ ਹੋਰ ਜਾਣੀ ਕਈ, ਗੁਰਦੇਵ ਸਿੰਘ। ਗੁਰਦੇਵ ਕਿਹਦਾ ਮੁੰਡਾ ਸੀ? ਗੁਰਦੇਵ ਸੀਗਾ, ਉਹਦਾ ਨਾਮ ਭੁੱਲ ਗਿਆ ਮੈਂ। ਰਣਜੀਤ, ਰਣਜੀਤ, ਰਣਜੀਤ ਵੀ ਜਾਣਦੇ, ਉਹਨੇ ਨਾਂ ਭੁੱਲ ਗਿਆ ਹੁਣ ਵੱਡਿਆਂ ਦੇ। ਹਾਂ ਅੱਛਾ। ਹੋਰ ਸਿਮੀਆਂ ਦੇ ਪੜ੍ਹਦੇ ਸੀਗੇ, ਸਿਮੀਆਂ ਦੇ ਆਣ ਕੇ ਸਾਡੇ ਕੋਲ, ਉਹਦਾ ਨਾਂ ਸੀ ਰੂਪਚੰਦ, ਅਤੇ ਇਸ ਕਹਿੰਦੇ ਜਾਣੀ ਦੇ ਨਾਂ ਸੀਗੇ, ਹੁਣ ਅੱਖਾਂ ਮੀਟ ਕੇ ਤਲੋਕ ਸਿੰਘ, ਤਲੋਕ ਸਿੰਘ, ਉਹ ਤਲੋਕ ਸਿੰਘ ਸੀਗਾ, ਇਹਦਾ ਮੁੰਡਾ ਕਰਮ ਸਿੰਘ ਜੋਗੀ ਦਾ। ਕਰਮ ਸਿੰਘ ਜੋਗੀ ਉਹ ਕਿੱਥੋਂ ਦਾ? ਉਹ ਸਿਮੀਆਂ ਦਾ। ਸਿਮੀਆਂ ਦਾ? ਠੀਕ। ਉਸ ਕਰਮ ਸਿੰਘ ਜੋਗੀ ਸੀ ਜਿਹੜਾ ਆਮ ਫਿਰ ਤੁਰ ਕੇ ਸਿੱਖਾਂ ਦੇ ਵਿੱਚ ਫਿਰਦਾ ਸੀ, ਜਲਸੇ ਕਰਦਾ ਹੁੰਦਾ ਸੀ, ਕਰਮ ਸਿੰਘ ਜੋਗੀ, ਉਹਦਾ ਮੁੰਡਾ ਸੀ ਤਲੋਕ ਸਿੰਘ। ਅੱਛਾ। ਹਾਂਜੀ। ਉਹ ਵੀ ਨਾਲ ਪੜ੍ਹਦਾ? ਹਾਂ ਉਹ ਵੀ ਪੜ੍ਹਦਾ ਸੀ। ਮਾਸਟਰ ਇੱਕ ਤੁਸੀਂ ਜਸਵੰਤ ਸਿੰਘ ਦੱਸਿਆ, ਤੇ ਹੋਰ ਕਿਹੜਾ ਸੀ? ਬਸ ਇਹੋ ਹੀ ਸੀਗਾ, ਇੱਕੋ ਹੀ, ਇੱਕੋ ਸਾਰਾ ਲਈ ਫਿਰਦਾ। ਉਹ ਸਾਰੇ ਕਿੰਨੇ ਕੁ ਸੀਗੇ, ਉਹਦੇ ਨਵਾਂ ਨਵਾਂ ਸਕੂਲ ਖੁੱਲ੍ਹੇ ਸੀਗੇ। ਹਾਂਜੀ। ਅਤੇ ਨੌਕਰੀ ਕਾਹਦੀ ਉੱਥੇ ਕਰਦੇ ਸੀ? ਨੌਕਰੀ ਉੱਥੋਂ ਮੈਂ ਫਿਰ ਚਲਾ ਗਿਆ ਸੀ, ਮੈਨੂੰ ਤੀਸਰੀ ਜਮਾਤ ਦੇ ਵਿੱਚੋਂ ਕੱਢ ਲਿਆ ਸੀ, ਤੀਸਰੀ ਜਮਾਤ 'ਚ ਉੱਥੇ ਪਛਾਣਾਂ ਕੀਤੀਆਂ ਕਰਕੇ, ਪਛਾਣਾਂ ਨੰਬਰ ਪਛਾਣ ਕਰਕੇ, ਕੋਈ ਪਟਵਾਰਖਾਨੇ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਕੱਢ ਲਿਆ ਕੋਰਸ ਵਾਸਤੇ। ਮੈਨੂੰ ਕੱਢ ਲਿਆ, ਮੈਂ ਸੰਜਰੀ ਦੇ ਕੰਮ ਵਿੱਚ, ਮੈਂ ਸੰਜਰ ਡਾਕ ਪਹੁੰਚਾਉਣੀ। ਡਾਕ ਦੇ ਕੰਮ? ਹਾਂ ਸੰਜਰੀ। ਹਾਂ, ਕਰਨਲ ਦੇ, ਮੇਜਰ ਦੇ ਸੂਬੇਦਾਰਾਂ ਦੇ ਦਫ਼ਤਰਾਂ 'ਚ ਪਹੁੰਚਾਉਣੀ। ਉੱਥੋਂ ਮੁੜ ਕੇ ਆਪਾਂ ਕਿੰਨੀ ਦੇਰ ਕੀਤੀ? ਉਹ ਡੇਢ ਸਾਲ ਕੁ ਕੀਤਾ ਸਾਰਾ, ਮੁੜ ਕੇ ਨਾ ਕਿਸੇ ਨੇ ਸਰਟੀਫਿਕੇਟ ਦਿੱਤਾ, ਇੱਧਰ ਨੂੰ ਆਉਣ ਨਹੀਂ ਦਿੰਦੇ, ਸਾਹਿਬ ਸੀ ਮਦਰਾਸ ਸੀ, ਉਹ ਲਿਜਾਉਂਦੇ ਬੰਗਲਾਦੇਸ਼, ਅਤੇ ਸਰਟੀਫਿਕੇਟ ਦਿੱਤਾ ਨਹੀਂ ਸੀ ਮੈਨੂੰ, ਮੈਂ ਨਾਲ ਹੀ ਭੱਜਿਆ ਸਾਰਿਆਂ ਦੇ, ਇੱਧਰ ਆ ਗਿਆ। ਕੋਈ ਫਿਰ ਨੌਕਰੀ ਲੱਭੀ ਨਹੀਂ ਬਾਅਦ 'ਚ? ਨਾ ਨਾ, ਇੱਧਰ ਸਰਟੀਫਿਕੇਟ ਨਾ ਕੋਲੇ ਹੋਇਆ ਤਾਂ ਕਿਹਨੇ ਪੁੱਛਣਾ ਸਰਟੀਫਿਕੇਟ ਵਾਲਿਆਂ ਨੂੰ, ਨਹੀਂ ਪੁੱਛਿਆ ਆਇਆਂ ਨੂੰ। ਅੱਛਾ ਅੱਛਾ ਅੱਛਾ। ਉੱਥੇ ਜਦੋਂ ਰਹਿੰਦੇ ਸੋ ਆਪਣੇ ਪਿੰਡ, ਉੱਥੇ ਕਿਵੇਂ ਦਾ ਸੀ ਰਹਿਣ ਸਹਿਣ ਆਪਣੇ ਮੁਸਲਮਾਨਾਂ, ਸਿੱਖਾਂ ਦਾ, ਹਿੰਦੂਆਂ ਦਾ? ਬਹੁਤ ਚੰਗਾ ਸੀ, ਬਹੁਤ ਚੰਗਾ ਸੀ। ਇਹਦਾ ਜਦੋਂ ਉੱਠਿਆ, ਕੰਮ ਉੱਠਿਆ, ਉਹਦੇ ਮਾਰਕੀਟਾਂ ਮਾਰਨ ਪੁੱਟਣ ਲੱਗੇ ਇੱਕ ਦੂਜੇ ਨੇ, ਮੇਰੀ ਬਣੇ ਨਹੀਂ ਤਾਂ ਸਾਰੇ ਹਮਦਰਦੀਆਂ ਕਰਦੇ ਸੀ ਇੱਕ ਦੂਜਾ।
ਮਸਜਿਦ ਹੈ ਸੀ ਪਿੰਡ ਤੁਹਾਡੇ? ਹਾਂਜੀ ਹੈਗੇ ਸੀ, 20-24 ਘਰਾਂ ਵਾਸਤੇ। ਹਾਂਜੀ 20-24 ਘਰਾਂ ਵਾਸਤੇ ਘਰਾਂ ਵਾਸਤੇ ਆਈਆਂ, ਜਿੰਨੇ ਕੁ ਪੜ੍ਹਨਾ ਉਹਨੇ ਕਹਿ, ਜਿਵੇਂ ਇੱਥੇ ਪੜ੍ਹੀ ਜਾਂਦੇ ਉਵੇਂ ਉੱਥੇ ਉਹਨਾਂ ਨੇ ਜਾ ਕੇ ਪੜ੍ਹੀ ਜਾਣਾ। ਗੁਰਦੁਆਰਾ ਵੀ ਹੈਗਾ ਪਿੰਡ? ਨਹੀਂ ਗੁਰਦੁਆਰਾ ਨਹੀਂ ਸੀ। ਚਾਰ ਪੱਤੀਆਂ ਨੰਬਰਦਾਰਾ ਦੀਆਂ ਗੁਰਦੁਆਰਾ ਤੇ ਧਰਮਸ਼ਾਲਾ ਸੀਗੀ। ਅੱਛਾ ਧਰਮਸ਼ਾਲਾ ਹੈ। ਹਾਂ ਉਹ ਕਿਹੜੇ ਪਾਸੇ? ਉਹ ਧਰਮਸ਼ਾਲਾ ਵਿਚਕਾਲੇ ਆ ਜਾਂਦੇ ਪਿੰਡ ਦੇ। ਅੱਛਾ ਅੱਛਾ। ਹਾਂ ਠੀਕ। ਅਤੇ ਕਿਵੇਂ ਆਏ ਉੱਧਰੋਂ ਤੁਰ ਕੇ, ਕਿਵੇਂ ਪਤਾ ਲੱਗਾ ਵੀ ਹੁਣ ਉਜਾੜੇ ਪੈ ਗਏ? ਉਜਾੜੇ ਪੈ ਗਏ ਉੱਧਰੋਂ ਬਦਲੀ ਹੁੰਦੀ ਸੀ ਕਲਕੱਤੇ ਵੱਲੋਂ, ਬਦਲੀ ਵਾਲੇ ਪਾਸੇ ਆ ਕੇ ਕੋਈ ਮੀਆਂ ਵਾਲੀ ਦਾ, ਕੋਈ ਕਿਸੇ ਇਲਾਕੇ ਦਾ, ਕੋਈ ਕਿਸੇ ਇਲਾਕੇ ਦਾ, ਉਹ ਬਦਲੀ ਹੋ ਕੇ ਆਈ ਗਏ। ਉਹ ਸਰਟੀਫਿਕੇਟ ਲਈ ਗਏ ਅਤੇ ਬਦਲੀ ਹੋ ਕੇ ਆਈ ਗਏ। ਅਤੇ ਮੈਨੂੰ ਸਰਟੀਫਿਕੇਟ ਨਹੀਂ ਦਿੰਦਾ ਸੀ ਸਾਹਿਬ, ਮਿੰਦਰਾਸੀ ਸਾਹਿਬ ਸੀ, ਉਹਨੂੰ ਕਿਹਾ ਮੈਨੂੰ ਬਈ ਸਰਟੀਫਿਕੇਟ ਦੇ, ਉਹਨੇ ਕਿਹਾ ਤੈਨੂੰ ਨਹੀਂ ਸਰਟੀਫਿਕੇਟ ਦੇਣਾ ਬੱਚਾ, ਤੈਨੂੰ ਲੈ ਕੇ ਜਾਣਾ ਬੰਗਾਲ ਢਾਕੇ। ਮੈਂ ਆਖਿਆ ਵੀ ਮੇਰੇ ਖਬਰਾਂ ਮਾਰੇ ਗਏ ਕਿ ਜਿਉਂਦੇ ਕਿਵੇਂ ਆ, ਕਿੱਥੇ ਆ, ਕਿੱਥੇ ਨਹੀਂ, ਮੈਂ ਤਾਂ ਉੱਥੇ ਪਹੁੰਚਾਂ, ਮੈਂ ਤਾਂ ਜਾਣਾ। ਅਖੀਰ ਉਹਨੇ ਨਹੀਂ ਸਰਟੀਫਿਕੇਟ ਦਿੱਤਾ। ਜਦੋਂ ਇਹ ਗੱਡੀਆਂ ਬਹਿ ਗਏ ਤਾਂ ਉਦੋਂ ਮੈਂ ਵੀ ਬਹਿ ਗਿਆ। ਉਦੋਂ ਜਦੋਂ ਚੱਲਿਆ ਉੱਥੋਂ ਕਲਕੱਤੇ ਚੱਲੇ, ਇੱਥੇ ਆਏ ਇਲਾਹਾਬਾਦ, ਨੌਕਰੀ ਕਲਕੱਤੇ ਕਰਦੇ? ਹਾਂ ਇਲਾਹਾਬਾਦ ਆਏ ਜਦ ਮੌਕਿਆ, ਇਲਾਹਾਬਾਦ ਅੱਗੋਂ ਗੱਡੀ ਫਿਰ ਕੱਟੀ ਗਈ। ਉੱਥੇ ਐਲਾਨ ਹੋ ਗਿਆ ਬਿਲਕੁਲ ਬਈ ਮੁਸਲਮਾਨ ਗਾਂ ਕੋਈ ਨਾ ਜਾਵੇ। ਉੱਥੋਂ ਫਿਰ ਸੋਚਿਆ, ਸੋਚ ਸਮਝ ਕੇ ਗੱਡੀ ਫੜੀ ਬੰਬੇ ਦੀ, ਬੰਬਈ ਚਲੇ ਗਏ। ਬੰਬਈ ਜਿਸ ਮੌਕੇ ਗਿਆ ਤਾਂ ਉੱਥੇ ਅੱਗੇ ਗੱਡੀਆਂ ਲੱਗੀਆਂ ਖੜੀਆਂ, ਪਾਕਿਸਤਾਨ ਜਾਣ ਵਾਲੇ, ਪਾਕਿਸਤਾਨ ਜਾਣ ਵਾਲੇ ਉੱਥੇ ਚਲੇ ਗਏ। ਉਹਨਾਂ ਨੇ ਜਾ ਕੇ ਹਾਜੀ ਕੈਂਪ 'ਚ ਛੱਡਤਾ। ਉਸ ਕੈਂਪ ਦੇ ਵਿੱਚ ਜਿਸ ਮੌਕੇ ਛੱਡਿਆ ਤਾਂ ਬਹਿਰੇ ਜਹਾਜ਼ ਦਾ ਟਿਕਟ ਲੈਣਾ ਸੀ, ਰਸਤਾ ਸਾਫ਼ ਸੀ ਨਾ ਆਉਣ ਨੂੰ, ਬਹਿਰੇ ਜਹਾਜ਼ ਦਾ ਟਿਕਟ ਲੈਣਾ ਸੀਗਾ। ਉਹਨਾਂ ਨੇ ਕਿਹਾ ਜੀ ਇੱਕ ਮਹੀਨੇ ਨੂੰ ਟਿਕਟ ਅੱਜ ਲੈ ਲਓ, ਇੱਕ ਮਹੀਨੇ ਨੂੰ ਵਾਰੀ ਆਊਗੀ। ਇੱਕ ਮਹੀਨਾ ਉੱਥੇ ਹਾਜੀ ਘਾਟ ਦੇ ਵਿੱਚ ਬੈਠੇ, ਕੈਂਪ 'ਚ ਬੈਠੇ ਰਹੇ। ਉੱਥੋਂ ਮੁੜ ਕੇ ਜਹਾਜ਼ ਬੈਠੇ, 30 ਦਿਨ ਆਣ ਕੇ ਜਹਾਜ਼ ਕਰਾਚੀ ਲੱਗਿਆ। ਇੱਥੋਂ ਆਣ ਕੇ ਅਖਬਾਰਾਂ 'ਚ ਵੀ ਸਾਇਆ ਕਰਾਇਆ, ਹੋਰ ਪਾਸੇ ਵੀ ਕਰਾਇਆ, ਟੀਵੀ 'ਤੇ ਵੀ ਬੋਲੇ, ਰੇਡੀਓ 'ਤੇ, ਨਹੀਂ ਕੋਈ ਉਦੋਂ ਕਿਹੜਾ ਪੁੱਛਦਾ ਸੀ ਕਿੱਥੇ ਖਬਰ, ਕਿੱਥੇ ਕਿੱਥੇ ਲੋਕ ਘਰ ਦੇ ਨਹੀਂ ਲੱਭੇ। ਹਾਂ ਕੋਈ ਨਾ ਲੱਭਿਆ। ਉੱਥੋਂ ਜਿਉਂ ਚੱਲੇ ਕਰਾਚੀਓਂ ਫਿਰ ਸਿੱਧੇ ਲਾਹੌਰ ਆ ਗਏ। ਲਾਹੌਰ ਕੈਂਪ 'ਚ ਆਏ ਤਾਂ ਸਾਡਾ ਦੇਸ਼ ਇਧਰਲਾ ਬੰਦਾ ਕੋਈ ਨਹੀਂ, ਗੜਮੜ ਜਾਣੀ ਰੋਹਤਕ ਪਾਣੀ ਪਤਕ ਨਾਲ ਲੋਕ। ਇੱਥੋਂ ਫਿਰ ਪਤਾ ਲੱਗਿਆ ਇੱਥੇ ਸਾਂਗੜੇ ਮੰਡੀ ਇੱਕ ਮੇਰੇ ਤਾਏ ਦੇ ਪਹਿਲੇ ਸਹੁਰੇ ਸੀਗੇ ਨੇ ਜਿਹੜੇ, ਉਹਦੇ ਨਾਨਕੇ ਸੀਗੇ, ਉਹਦੇ ਨਾਨਕੇ ਸੀ। ਉਹਨਾਂ ਤੋਂ ਆਣ ਕੇ ਪੁੱਛਿਆ, ਉਹ ਮਿਲਿਆ, ਉਹ ਮਿਲ ਗਏ, ਉਹਨਾਂ ਨੂੰ ਮਿਲਿਆ ਸਾਂਗੜੇ ਮੰਡੀ। ਉੱਥੇ ਉਹਦੇ ਸਹੁਰੇ ਵੀ ਆਏ ਹੋਏ ਸੀ, ਉਹਨਾਂ ਨੂੰ ਪੁੱਛਿਆ ਜਿਸ ਮੌਕੇ ਗੱਲ ਕਰੋ ਬਈ ਦੂਜੇ ਕਿੱਥੇ ਆ। ਆਖੇ ਪਿੱਛੋਂ ਆ ਗਏ ਅਮਨਾ ਚੈਨ, ਵਡਾਂਗਾ ਦਾ ਪਿਆ ਬੜੇ ਮਰੇ ਆ, ਲੇਕਿਨ ਅਸੀਂ ਅਮਨਾ ਚੈਨ ਆ ਗਏ ਹਾਂ ਲੰਘ ਕੇ, ਅਸੀਂ ਗੰਡਾ ਸਿੰਘ ਵਾਲੇ ਹਟਣਗੇ। ਉੱਥੋਂ ਅਖੇ ਗੱਡੀਆਂ ਜਿਹੜੀਆਂ ਸੀਗੀਆਂ ਡੱਬੇ ਲੱਗੇ ਜ ਬਹਿ ਜਾਂਦੇ, ਬਾਰਿਸ਼ਾਂ ਪੈਂਦੀਆਂ, ਕੋਈ ਕਿਧਰੇ ਨੂੰ ਲੈ ਜਾਂਦਾ ਖਿੱਚ ਕੇ, ਕੋਈ ਕਿਧਰੇ ਨੂੰ ਲੈ ਜਾਂਦਾ ਖਿੱਚ ਕੇ, ਉਹ ਡੱਬੇ ਖਿੱਚ ਕੇ ਲਾ ਤੇ ਹੋ ਗਏ। ਹੁਣ ਅਖੇ ਤੁਹਾਨੂੰ ਪਤਾ ਲੱਗ ਜਲੰਧਰ ਚੱਕ ਆ, ਇੱਥੇ ਤੁਹਾਡੀਆਂ ਫੁੱਫੀਆਂ ਬੈਠੀਆਂ ਉਹਨਾਂ ਕੋਲ ਪਤਾ ਲੱਗ, ਜਲੰਧਰ ਇੱਥੇ ਨਾਗਾ ਵਾਲੇ, ਨਾਗਾ ਗੁਰੂਸਰ ਦੇ ਕੋਲ। ਹਾਂ ਅਤੇ ਉੱਥੋਂ ਪਤਾ ਲੱਗੂ, ਉੱਥੇ ਆ ਕੇ ਪੁੱਛਿਆ, ਉਹਨਾਂ ਨੇ ਕਿਹਾ ਜੀ ਉਹਦੇ 30 ਦਿਨ ਗੱਡੀ ਚੱਲਦੀ ਸੀ ਇੱਥੇ, ਫੈਸਲਾਬਾਦ ਤੋਂ 30 ਦਿਨ ਗੱਡੀ ਲੰਘਦੀ ਸੀ। ਉਹਨਾਂ ਨੂੰ ਪੁੱਛਿਆ ਜਿਸ ਮੌਕੇ ਆ, ਉਹਨਾਂ ਕਿਹਾ ਜੀ ਗੱਲ ਇਹ ਆ ਗਏ ਆ, ਇਹ ਸਾਨੂੰ ਪਤਾ ਕੋਈ ਨਹੀਂ, ਬੂਰੇ 'ਚ ਆਪਣੇ ਬੰਦੇ ਬੈਠੇ ਸਾਰੇ, ਉਹਨਾਂ ਤੋਂ ਪਤਾ ਲੱਗੂਗਾ। ਉਹ ਬੂਰੇ 'ਚ ਆਣ ਕੇ ਪਤਾ ਕੀਤਾ, ਜਾ ਕੇ ਇੱਕ ਸਾਡਾ ਤਾਇਆ ਸੀ ਪੁਰਾਣੀ ਉਮਰ ਦਾ ਬਹੁਤ ਬੈਠਾ, ਉਹ ਨੂਣ ਵੇਚਦਾ ਅੱਖਾਂ ਦਾ ਕਮਜ਼ੋਰ, ਉਹਨੂੰ ਜਾ ਕੇ ਪੁੱਛੇ ਉਹ ਮਿਲੇ ਕਿਹੜੇ, ਔਰ ਬੇਟਿਆ ਜਾਣਦੀ ਜਿਵੇਂ ਵਿਛੋੜਿਆਂ ਦੇ ਵਿੱਚ ਹੁੰਦੀਆਂ ਗੱਲਾਂ। ਅਖੀਰ ਭਾਈ ਜੀ ਉਹਨਾਂ ਨੇ ਕਿਹਾ ਜੀ ਇੱਥੇ ਨੇੜੇ ਜੇ ਚੱਕ ਆ ਕੋਈ, 18 ਚੱਕ ਆ ਰਾਜੇ ਫਰੀਦਕੋਟ ਗਏ ਦੇ, ਉਹਨਾਂ ਚੱਕਾਂ 'ਚ ਬੈਠੇ ਅਤੇ ਲੇਕਿਨ ਮੇਰੀ ਨਿਗਾਹ ਨਹੀਂ ਕੰਮ ਕਰਦੀ। ਇੱਥੋਂ 5-7 ਮੀਲ ਵਾਰਡ ਤੁਰ ਕੇ ਜਾਣਾ, ਪਿੱਪਲ ਇੱਕ ਖੜਾ ਹੋਊਗਾ ਪੁਲ ਦੇ ਉੱਤੇ, ਪਿੱਪਲ ਪੁਲ ਦੇ ਉੱਤੇ ਖੜਾ ਹੋਊਗਾ, ਉਹਦੀ ਨਿਸ਼ਾਨੀ ਤੁਸੀਂ ਨਿਗਾਹ ਨਾਲ ਰੱਖਣੀ ਆ, ਉੱਥੋਂ ਨਹੀਂ ਲੰਘਣਾ ਪਾ। ਅਸੀਂ ਉੱਥੋਂ ਲੰਘ ਕੇ ਅਤੇ ਇੱਥੇ ਆ ਗਏ 18 ਚੱਕ 'ਚ ਆ ਗਏ। ਉੱਥੋਂ ਪੁਲ ਸੀ ਨਾ, ਉਹ ਪਿੱਪਲ ਪਿੱਪਲ ਜਿੱਥੇ ਪੁਲ ਸੀ, ਪੁਲ 'ਤੇ ਆਏ ਤਾਂ ਉੱਥੋਂ ਨਹਿਰ ਲੰਘੇ ਨੀਲੀ, ਨੀਲੀ ਨਹਿਰ ਲੰਘ ਕੇ ਅੱਗੇ ਆਹਿਸਤਾ 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 24 ਚੱਕ ਦੇ ਵਿੱਚ ਆ ਗਏ, 24 ਚੱਕ 'ਚੋਂ 22 'ਚ ਆ ਗਏ, 22 'ਚੋਂ 18 'ਚ ਆ ਗਏ। ਉੱਥੇ ਅੱਗੇ ਕੁਦਰਤ ਵੀ
ਮੁਰੱਬਾ ਉਹਦੇ ਕਿੱਲਾ ਜੀ ਦੀ ਅਲਾਟਮੈਂਟ ਹੋਈ ਸੀ ਸਾਰਿਆਂ ਨੂੰ। ਉਹ ਉੱਥੇ ਸਾਡੇ ਬੰਦੇ ਜਨਾਨੀਆਂ ਤੋੜ ਕੇ ਸਾਗ ਆਉਂਦੀਆਂ, ਉਹਨਾਂ ਨੇ ਦੇਖਿਆ ਵੀ ਉਹ ਕੋਈ ਫੌਜੀ ਆਉਂਦੇ ਆ, ਕੋਈ ਵਰਦੀਆਂ ਜੋ ਉਵੇਂ ਸੀਗੀਆਂ ਆਉਂਦੇ ਕੋਈ ਬਈ। ਉਹਨਾਂ ਨੇ ਸੋਚਿਆ ਅਖੀਰ ਖੜ ਗਈਆਂ, ਉਹ ਖੜ ਕੇ ਉਹਨਾਂ ਨੇ ਅਖੀਰ ਸਾਨੂੰ ਮਿਲੇ ਗਿਲੇ ਵੀ ਇਹ ਤਾਂ ਸਾਡੇ ਹੀ ਬੰਦੇ ਆ ਗਏ ਆ, ਸਾਨੂੰ ਫਿਰ ਫੜ ਕੇ ਘਰ ਲੈ ਗਏ। ਉੱਥੇ ਪਾਈ ਫਿਰ ਵਾਢੀ ਡਾਇਟ ਤੋਂ ਖਾਸੇ ਫਰੇਮ ਜੋ ਕੋਈ ਕੁਝ ਕੀਤਾ ਉੱਥੇ ਕੀਤਾ, ਬਾਅਦ ਜ਼ਮੀਨਾਂ ਟੁੱਟ ਗਈਆਂ। ਕਿੰਨੀ ਦੇਰ ਬਾਅਦ ਮਿਲੇ ਘਰਦਿਆਂ ਨੂੰ? ਘਰਦਿਆਂ ਨੂੰ ਮਿਲਿਆ ਹੀ ਆ 6-7 ਮਹੀਨੇ, 8 ਮਹੀਨੇ ਬਾਅਦ, 6-7 ਮਹੀਨੇ ਬਾਅਦ ਵਿਛੜੇ ਮਿਲੇ। ਹਾਂ ਠੀਕ। ਐਤਕਾਂ ਰੁਲਦੇ ਰੁਲਦੇ ਵਕਤ ਪਾਸ ਹੋ ਗਿਆ ਲੜੇ ਕਰਦੇ। ਅਤੇ ਜੇ ਹੁਣ ਉਹ ਅਫਸਰ ਦੇ ਮਗਰ ਲੱਗਦਾ ਉਹਦੇ ਚਲਾ ਜਾਂਦਾ, ਖੜੀ ਬਾਦਸ਼ਾਹ ਸੀ ਜਾਣੀ ਨਹੀਂ ਨਾ ਆਪਦੀ ਤਾਂ ਇੱਥੇ ਪਿੱਛੇ ਨੂੰ ਪਿਛਲਿਆਂ ਨੂੰ ਮਿਲਣ ਦੀ ਤਾਂ ਸੀ, ਚਲੋ ਨੌਕਰੀ ਤਾਂ ਹੈ ਹੀ ਸੀ। ਹਾਂ ਨਹੀਂ ਨੌਕਰੀ ਤਾਂ ਸਰਕਾਰੀ ਲੱਗੀ। ਇੱਧਰ ਜਿਹੜੇ ਆਏ ਸੀ ਮੇਰੇ ਨਾਲ ਆਏ ਸੀ ਜਿਹੜੇ, ਉਹਨਾਂ ਨੂੰ ਕਿਸੇ ਨੇ ਸਰਟੀਫਿਕੇਟ ਦਿੱਤੀ, ਨੌਕਰੀ ਨਹੀਂ ਦਿੱਤੀ। ਕੋਈ ਲੈ ਗਏ, ਕਈ ਨਹੀਂ ਲੈ ਗਏ, ਕੋਈ 10 ਰੁਪਏ ਲਾ ਲੂ ਕੇ ਲੈ ਗਏ। ਤਾਂ ਫਿਰ ਕੀ ਕੀਤਾ ਬਾਅਦ 'ਚ? ਨੌਕਰੀ ਤਾਂ ਜਾਂਦੀ ਰਹੀ ਉੱਥੇ। ਇੱਥੇ ਫਿਰ ਮੈਂ ਜ਼ਿਮੀਂਦਾਰਾਂ ਕਰਦਾ ਰਿਹਾ, ਜ਼ਿਮੀਂਦਾਰਾਂ ਕਰਦਾ ਕਰਦਾ ਫਿਰ ਖੱਡੀਆਂ ਦਾ ਕੰਮ ਚੱਲ ਪਿਆ ਇਸ ਇਲਾਕੇ 'ਚ। ਉੱਥੋਂ ਬੂਰੋਂ ਫਿਰ ਇੱਥੇ ਆ ਗਿਆ, ਇੱਥੇ ਆਇਆ ਅਤੇ ਇੱਥੇ ਖੱਡੀਆਂ ਦਾ ਕੰਮ ਸਿੱਖਿਆ, ਖੱਡੀਆਂ ਕਰਦਾ ਰਿਹਾ, ਬਾਅਦ ਲੂਮਾਂ ਦਾ ਕਰਦਾ ਰਿਹਾ, ਇੱਥੇ ਰਿਹਾਇਸ਼ ਕਰ ਲਈ, ਇੱਥੇ ਸਾਰੀ ਗੱਲਬਾਤ ਕਰ ਲਈ, ਇੱਥੇ ਬੱਚੇ, ਇੱਥੇ ਪੋਤੇ, ਇੱਥੇ ਪੋਤੀਆਂ। ਬਾਅਦ 'ਚ ਕਦੀ ਮੁੜ ਕੇ ਨਹੀਂ ਗਏ ਪਿਛਾਂ? ਕਿੱਥੇ? ਹਿੰਦੁਸਤਾਨ? ਨਹੀਂ, ਸਾਡਾ ਪਾਸਪੋਰਟ ਨਹੀਂ ਬਣਦਾ ਸੀ ਉਦੋਂ, ਹੁਣ ਤਾਂ ਬਣਦਾ ਨਾ, ਹੁਣ ਵੀ ਬਣਦਾ ਆ, ਅੱਗੋਂ ਸੱਦੇ ਕੋਈ ਬਣਾਇਆ ਵਾ ਸਾਡਾ ਪਾਸਪੋਰਟ। ਬਣਦਾ ਕਿਉਂ ਨਹੀਂ ਪਹਿਲਾਂ? ਇਹ ਵੀਜ਼ਾ ਲੱਗਦਾ ਸੀ ਸਾਡਾ ਦਿੱਲੀ ਦਾ, ਦਿੱਲੀ ਦਾ ਵੀਜ਼ਾ ਲੱਗਦਾ ਸੀਗਾ, ਅਤੇ ਦਿੱਲੀ ਸਾਡਾ ਕੋਈ ਹੋਇਆ ਪਛਾਣ ਵਾਲਾ ਤਾਂ ਸਾਡੀ ਸ਼ਨਾਖਤ ਦੱਸੇ। ਉਹ ਹੁਣ ਪੰਜਾਬ ਦਾ ਲੱਗਦਾ, ਹੁਣ ਕਾਪੀ ਬਣਾਈ, ਸਭ ਕੁਝ ਕੀਤਾ ਆਪਦਾ, ਬੰਦਿਆਂ ਨੇ ਦੋ ਤਿੰਨਾਂ ਨੇ ਕਿਹਾ ਵੀ ਆ ਤੁਸੀਂ ਸਾਡੇ ਵੀ ਫਾਰਮ ਵੀਜ਼ਾ ਲਵਾ ਦਿਉ ਵੀ ਇੱਧਰੋਂ ਚੈੱਕ ਕਰ ਲਓ ਅਤੇ ਵੀ ਆ ਸਾਡੇ ਮਹਿਮਾਨ। ਉਹਨਾਂ ਨੇ ਕੀਤਾ ਨਹੀਂ ਗੌਰ, ਅਸੀਂ ਗਏ ਨਹੀਂ, ਕਾਪੀ ਫੇਲ ਹੋ ਗਈ। ਦਿਲ ਕਰਦਾ ਜਾਣ ਨੂੰ? ਹਾਂਜੀ ਦਿਲ ਕਰਦਾ, ਦਿਲ ਤਾਂ ਕਰਦਾ ਸੀ, ਹੁਣ ਤਾਂ ਕਮਜ਼ੋਰੀ ਦੀ ਵਜ੍ਹਾ ਨਾਲ ਘਰ 'ਚ ਵੜਨ ਨੂੰ ਦਿਲ ਵੀ ਨਹੀਂ ਕਰਦਾ ਕਾਹਦੇ ਵਾਸਤੇ। ਹੈਂ? ਘਰ 'ਚ ਵੜਨ ਨੂੰ ਦਿਲ ਨਹੀਂ ਕਰਦਾ, ਉਹ ਵਜ੍ਹਾ ਕਿ ਵੀ ਕਮਜ਼ੋਰ ਜੋ ਖੰਘ, ਅਗਲਾ ਕਹਿੰਦਾ ਘਰ 'ਚ ਵੀ ਵੜੀਏ ਅਤੇ ਅਗਲਾ ਕਹਿੰਦਾ ਖੰਘਦਾ। ਹਾਂ ਖੰਘਦਾ ਬਾਬਾ। ਹਾਂ ਠੀਕ ਹੈ। ਕਿੰਨੇ ਪੋਤਰੀਆਂ ਪੋਤਰੇ? ਅੱਲਾ ਦੀ ਰਹਿਮਤ ਹੈ, ਸ਼ੁਕਰ ਅਲਹਮਦ ਉਹਦੀ ਜ਼ਾਤ ਦਾ, ਲੱਖ ਲੱਖ ਵਾਰੀ ਸ਼ੁਕਰ ਆ। ਅੱਲਾ ਨੇ 4 ਬੱਚੇ ਦਿੱਤੇ, 2 ਬੱਚੀਆਂ ਅਤੇ ਇੱਕ ਬੱਚੀ ਇੱਥੇ ਨਿਕਾਹੀ ਵੀ ਆ, ਇੱਕ ਉੱਧਰ ਹੀ ਆ, ਦੂਜੇ ਬੱਚੇ 4 ਆ। ਹੁਣ 4 ਬੱਚੇ ਖਿੰਡ ਗਏ ਸਾਰੇ, 2 ਨੰਬਰ ਗੁਲਾਮਾਬਾਦ 'ਚ ਰਹਿੰਦਾ ਸੀ ਉਹ ਜੀ, ਇੱਕ ਤਾਂ ਸੁਲਤਾਨ ਟਾਊਨ 'ਚ ਆ ਗਿਆ, ਇੱਕ ਆ ਗਿਆ ਟਿੱਬੀ 'ਤੇ ਧਰਨ ਵਾਲੀ 'ਤੇ, ਇੱਕ ਚਲਾ ਗਿਆ ਪਰ ਸਬਜ਼ ਮੰਡੀ ਜਿਹੜੀ ਸੁਧਾਰ ਵਾਲੀ, ਉੱਥੇ ਇੱਕ ਲਾਹੌਰ ਚਲਾ ਗਿਆ, ਜਿੱਥੇ ਜਿੱਥੇ ਕੰਮ ਹੈ ਕੋਈ, ਹਾਂ ਜਿੱਥੇ ਜਿੱਥੇ ਕਿਸੇ ਨੂੰ ਕਾਰੋਬਾਰ ਲੱਭਿਆ, ਕੋਈ ਕਿਸੇ ਕੰਮ 'ਤੇ ਲੱਗ ਗਿਆ, ਕੋਈ ਕਿਸੇ 'ਤੇ ਲੱਗਿਆ, ਇਸ ਹਿਸਾਬ ਨਾਲ। ਅੱਛਾ ਇਹ ਦੱਸੋ ਵੀ ਜਿਵੇਂ ਅੱਗੇ ਵੀ ਆਪਾਂ ਗੱਲ ਕਰਨ ਡਿਆ ਸਾਂ ਵੀ ਉਹ ਟਾਈਮ ਜਿਹੜਾ 47 ਤੋਂ ਪਹਿਲਾਂ ਵਾਲਾ ਚੰਗਾ ਲੱਗਦਾ ਸੀ ਹੁਣ ਵਾਲਾ? ਉਦੋਂ ਪਿੱਛੇ ਸੀ ਨਾ ਜਿਹੜਾ ਟਾਈਮ ਆ, ਬਹੁਤ ਚੰਗਾ ਸੀ, ਬਹੁਤ ਚੰਗਾ, ਬਹੁਤ ਚੰਗਾ ਸੀ, ਰਲ ਕੇ ਤੁਰੇ ਫਿਰਦੇ ਨਾ ਕਿ ਹੀਣ ਨਾ ਕੀ। ਹੁਣ ਤਾਂ ਸਿਆਸਤ ਨਾਲ ਲੁੱਟਦੇ ਆ, ਜਿਹਦੇ ਨਾਲ ਪਾਸਾ ਲਾ ਦਈਏ ਨਾ ਅਤੇ ਜੇਬ ਕੱਟ ਜਾਂਦਾ, ਜੇਬ ਕੱਟੀ ਜਾਂਦੀ ਆ। ਉਦੋਂ ਲੋਕ ਹਮਦਰਦੀ ਕਰਦੇ ਸੀ, ਜੇ ਕਿਤੇ ਵਿਆਹ ਸ਼ਾਦੀ ਵੀ ਆ ਕਹਿਣਾ ਬਦਨਾਮੀ ਨਾ ਹੋ ਜਾਏ ਇਹਦੇ ਨਾਲ ਤੁਰੋ। ਹੁਣ ਕਹਿੰਦੇ ਇਹ ਭੈਣ ਜਿਹਦੇ ਜਿੰਦਾ ਕੇ ਫਿਰਦਾ। ਨਾਲ ਗੱਲਬਾਤ ਕਰਨ ਡੇ ਸਾਂ ਬਜ਼ੁਰਗਾਂ ਦੇ ਨਾਲ ਅਤੇ ਇਹਨਾਂ ਕੋਲ ਪੁੱਛੀਆਂ ਗੱਲਾਂ ਬਾਤਾਂ, ਅਤੇ ਉਹ ਹਾਲਾਤ ਉਹਨਾਂ 'ਤੇ ਝਾਤੀ ਪਾਈ ਵੀ ਉਦੋਂ ਇਸ ਬਜ਼ੁਰਗਾਂ ਨੇ ਕਿਵੇਂ ਸਰਵਾਈਵ ਕੀਤਾ, ਆਪਣਾ ਸਾਰਾ ਕੁਛ ਛੱਡ ਕੇ ਇੱਧਰ ਨੂੰ ਆਏ, ਕੀ ਹਾਲਾਤ ਬਣੇ, ਉਹ ਸਟੋਰੀ ਸਾਰੀ ਤੁਹਾਡੇ ਤੱਕ ਰੱਖੀ ਦੀ ਆ ਰੱਖੀ। ਇਸੇ ਤਰ੍ਹਾਂ ਦੀਆਂ ਕਹਾਣੀਆਂ, ਇਸੇ ਤਰ੍ਹਾਂ ਦੀਆਂ ਸਟੋਰੀਆਂ ਪੰਜਾਬੀ ਲਹਿਰ ਦੀ ਟੀਮ ਅਤੇ ਪੰਜਾਬ TV ਦਾ ਪ੍ਰੋਗਰਾਮ ਲਕੀਰਾਂ ਤੁਹਾਡੇ ਤੱਕ ਰੱਖਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਨਾਸਰ ਢਿੱਲੋਂ ਅਤੇ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।